ਮੰਨ ਲਾ ਉਹ ਤਾਂ ਘਰ ਦੀ ਨਹੀਂ ਸੀ ਪਰ ਜ਼ੋਰ ਉਹ ਵੀ ਉਨਾ ਹੀ ਲਾਉਂਦੀ ਸੀ ਜਿਹੜੀ ਹਰਗੋਬਿੰਦ ਗੱਲ ਘਮਿਆਰੀ ਖੇਡੀ ਸੀ ਕਿਹੜੇ ਕਬੂਤਰਾਂ ਦੀ ਸੀ ਉਹ ਜੋਧੀ ਬਾਈ ਜੀ ਬਰਾੜ ਸਾਹਿਬ ਪਤਾ ਕੀ ਗੱਲ ਹੋਈ ਹੈ ਵੀ ਜਿਹੜੇ ਗੁਰਦੁਆਰਾ ਦਾ ਬਾਰਾ ਸੀ ਉਹਨਾਂ ਨੇ ਕਬੂਤਰ ਛੱਡਦੇ ਸੀ ਉਹਨਾਂ ਦਾ ਹਰਗੋਬਿੰਦ ਨਾਲ ਅਤੇ ਸਰਪੰਚ ਨਾਲ ਲਿੰਕ ਸੀ ਉਹਨਾਂ ਨੇ ਸੁਨੇਹਾ ਭੇਜਿਆ ਵੀ ਜੀ ਕਬੂਤਰ ਦੇ ਰਹੇ ਤੁਹਾਨੂੰ ਵੀ ਆ ਜਾਓ ਠੀਕ ਹੈ ਸਾਡੇ ਕੋਲ ਜੀਪ ਉਹਦੀ ਕਨਵਾਲ ਪੈਟਰੋਲ ਤੋਂ ਡੀਜ਼ਲ ਅਸੀਂ ਹਰਗੋਬਿੰਦ ਨੂੰ ਨਾਲ ਲਿਆ ਅਤੇ ਅਸੀਂ ਜਾਵੜੇ ਨਾਲ ਸ਼ੇਰਾ ਵੀ ਨਾਲ ਗਿਆ ਸਾਡੇ ਚੁੱਕਣ ਉਹ ਸਾਡੇ ਕੋਲ ਸ਼ੇਰਾ ਰਹਿੰਦਾ ਹੁੰਦਾ ਸੀ ਅਸੀਂ ਉਹਨਾਂ ਨੇ ਸਾਨੂੰ ਦਿੱਤੇ ਚਾਰ ਕਬੂਤਰ ਠੀਕ ਹੈ ਤਿੰਨ ਕਬੂਤਰੀਆਂ ਇੱਕ ਕਬੂਤਰ ਉੱਥੋਂ ਜਦੋਂ ਅਸੀਂ ਵਾਪਸ ਆਏ ਤਾਂ ਰਾਹ ਦੇ ਵਿੱਚ ਅਸੀਂ ਪਿੰਡ ਲਾਲ ਬਈ ਆ ਗਏ ਜਦੋਂ ਅਸੀਂ ਕਿਹਾ ਵੀ ਹਰਗੋਬਿੰਦ ਦੱਸ ਵੀ ਕਿਹੜੇ ਰੱਖਣੇ ਉਹਦੇ ਮੈਂ ਤਾਂ ਚੀਨੀ ਦੇ ਦਿਓ ਮੈਨੂੰ ਤੇ ਇੱਕ ਡੱਬੀ ਦੇ ਦਿਓ ਠੀਕ ਹੈ ਦੋ ਤੁਸੀਂ ਰੱਖ ਲਓ ਦੋ ਮੈਨੂੰ ਦੇ ਦਿਓ ਠੀਕ ਹੈ ਅਸੀਂ ਦੋ ਰੱਖ ਲਏ ਦੋ ਉਹਨੂੰ ਦੇ ਦਿੱਤੇ ਜਦੋਂ ਦੋ ਲੈ ਕੇ ਡੱਬੀ ਉਹਨੇ ਬਾਰੀਆਂ ਛੱਡੀ ਉਹ ਉੱਥੋਂ ਹੀ ਆਈ ਸੀ ਉਹ ਡੱਬੀ ਉੱਥੋਂ ਹੀ ਆਈ ਸੀ ਵੱਡੂ ਬਣ ਠੀਕ ਹੈ ਚੀਨੀ ਵਾਲੀ ਸਬਜ਼ੀ ਚੀਨੀ ਠੀਕ ਹੈ ਤੇ ਜਿਹੜੇ ਉਹ ਦੋਨਿਆਂ ਦੀ ਸੀ ਬਰੀਡ ਸੀ ਉਹ ਉਹਨਾਂ ਨੇ ਆਪਦੇ ਕਬੂਤਰਾਂ ਨਾਲ ਮਿਲਾ ਕੇ ਉਹਨਾਂ ਦੀ ਬਰੀਡ ਵੀ ਬਹੁਤ ਹੁੰਦੀ ਠੀਕ ਹੈ ਬਾਲਕ ਉਹਨਾਂ ਨੂੰ ਵਿਗਾੜ ਗਏ ਲੱਗ ਉਹਨਾਂ ਨੂੰ ਵਿਗਾੜ ਗਏ ਲੱਗ ਉਹ ਜਿਹੜੇ ਸਾਡੇ ਕੋਲ ਸੀ ਲੱਕੜ ਵਾਲੇ ਵੀ 1 ਮਿੰਟ ਪਹਿਲਾਂ ਹਾਰੀ ਆ ਹਾਂ ਜਿਹੜੇ ਸਾਡੇ ਕੋਲੇ ਦੋ ਰਹਿ ਗਏ ਉਹਨਾਂ ਦੀ ਬਰੀਡ ਸਾਡੇ ਕੋਲੇ ਨਹੀਂ ਹੁੰਦੀ ਇਹ ਖੁੱਡੇ ਨੂੰ ਵਸੇਬ ਸੀ ਹਰਗੋਬਿੰਦ ਦੀ ਨਹੀਂ ਉਹ ਪੂਰੇ ਵੀ ਯਾਰ ਬਹੁਤ ਚਿਰ ਮੰਨ ਲਓ ਉਹਦੇ ਗਦਰਵੇ ਵਾਲਾ ਵੀ ਦੋ ਤਿੰਨ ਕਬੂਤਰ ਨਾਲ ਲੜੇ ਪਰ ਮੈਂ ਉਹ ਉਦੋਂ ਪਹਿਲਾਂ ਇੱਕ ਕਰਦੇ ਬਹਿੰਦੀ ਸੀ ਬਹਿੰਦੀ ਸੀ ਜਿਹੜਾ ਹਾਂ ਵਾਲੀ ਫਿਰਦੀ ਸੀ ਉਹਦਾ ਤੇ ਪਰ ਫਿਰ ਜਿੱਤ ਕੇ ਭੈਣ ਪਹਿਲੀ ਛਤਰੀ ਤੇ ਆਈ ਆ ਉਹ ਕਬੂਤਰੀ ਬੋਲੀ ਚੰਗੀ ਸੀਗੀ ਜਾਨੀ ਦੀ ਜਿਹੜੇ ਬਗਿਆੜ ਸੀ ਉਹਨਾਂ ਦੇ ਮਸ਼ਹੂਰ ਕਬੂਤਰ ਸੀ ਉਹਨਾਂ ਦਾ ਕਬੂਤਰ ਸੀ ਬਗਿਆੜ ਬਾਰੇ ਕੇ ਬਾਰੇ ਗੁੱਡੂ ਮਾਨ ਵਾਲੇ ਪੁੱਤਰ ਜਿਹੜੇ ਬਾਈ ਜੀ ਸਾਰੇ ਸਾਰੇ ਗੁੱਡੂ ਮਾਨ ਵਾਲੇ ਪਿੰਡ ਚ ਜਿਵੇਂ ਹੋਆ ਉਹਨਾਂ ਤੇ ਇੱਕ ਗੱਲ ਹੋਰ ਹੈ ਇਹ ਜਿੰਨੇ ਵੀ ਕੋਈ ਮਿਸ ਪਾਉਂਦੇ ਸੀ ਮਿਸ ਤਾਂ ਹਰੇਕ ਸਾਰੀ ਪਾਉਂਦੇ ਸੀ ਪਰ ਹਰ ਕੋਈ ਜਿੰਨੇ ਦਿਨ ਬਾਜੀ ਨਹੀਂ ਛੱਡਦਾ ਮਿਸ ਨਹੀਂ ਮਿਸ ਨਹੀਂ ਪਾਉਂਦਾ ਸੀ ਕਿਹਦੇ ਇਹ ਜਿਹੜੀ ਖੁੱਬੀ ਸੀ ਪੁੱਤਰ ਤਾਂ ਬਹੁਤ ਮਿਸੇ ਗਏ ਇਹਨਾਂ ਨੇ ਵਿੱਚ ਪਰ ਉਹ ਬਾਜੀ ਛੱਡ ਕੇ ਜਦੋਂ ਪਾਸ ਕਰਦਾ ਸੀ ਜਿਹੜਾ ਪੁੱਤਰ ਉਹਨੂੰ ਮਿਸਾ ਕਰਦਾ ਉਹਨੂੰ ਮਿਸਾ ਕਰਦਾ ਸੀ ਜਿੱਦੇ ਇਹ ਪੂਰੀ ਆਈ ਹੈ ਨਾ ਡੱਬੀ ਜਿਹੜੇ ਆਉਣ ਸਾਰੀਆਂ ਦੇ ਪਿੰਡ ਹੀ ਉਹਦਾ ਰਹਾ ਸਿੱਧਾ ਹੀ ਠੀਕ ਆ ਕਿਵੇਂ ਥੋੜੇ ਹਰਮਨ ਕਹਿੰਦੇ ਕਬੂਤਰ ਤਾਂ ਹੈ ਨਹੀਂ ਸੀ ਪਿੰਡ ਚ ਛੋਟਾ ਜਿਹਾ ਪਿੰਡ ਕਿਹੜਾ ਗਵਾ ਜੂਗੀ ਵੀ ਜੇ ਕਿੰਨਾ ਕੁ ਜ਼ੋਰ ਲਾਉਂਦੀ ਹੈ ਕੋਈ ਨੀ ਵੀ ਬਾਹਰ ਤਾਂ ਲਵਾਂਗੇ ਪਿੰਡ ਮਤਲਬ ਕਿ ਕਬੂਤਰ ਕਿਤੋਂ ਲੈ ਆਉਂਦਾ ਸੀ ਤਾਂ ਕਿ ਪਿੰਡ ਉੱਲਾ ਵੀ ਲਾਉਂਦੇ ਸੀ ਪਤਾ ਸੀ ਵੀ ਆਪਾਂ ਆਪ ਹੀ ਸਾਰੇ ਮਾਂ ਉਹਨੇ ਇਕੱਠੇ ਸੀ ਸਾਰੇ ਠੀਕ ਹੈ ਕਬੂਤਰ ਮਤਲਬ ਜੋ ਮਿਸਾ ਕਰਦੇ ਸੀ ਨਾ ਉਹਨੂੰ ਆ ਬਿਨਾ ਪਾਸ ਕੀਤੇ ਮਿਸਾ ਨਹੀਂ ਕਰਦੇ ਤਾਂ ਹੀ ਤਾਂ ਲੰਬਾ ਨੇ ਬਾਜੀ ਜਿੱਤਣਾ ਜਿਵੇਂ ਹੁਣ ਆਪਾਂ ਲੈ ਆਉਂਦੇ ਸੀ ਲੱਗ ਪਾ ਤੁਸੀਂ ਮੰਨ ਲਓ ਵੀ ਆਪਦੇ ਸ਼ੁਰੂਆਤ ਤੋਂ ਲੈ ਕੇ ਤੇ ਜਮਾ ਐਂਡ ਵਾਲੇ ਟਾਈਮ ਤਾਈਂ ਬਾਜੀ ਜਿੱਤਦਾ ਰਿਹਾ ਬਹੁਤ ਲੰਬਾ ਸਮਾਂ ਬਾਜੀ ਜਿੱਤਣਾ ਹਰ ਕੋਈ ਇੱਕ ਇਹ ਖਿਡਾਰੀ ਰਹੇਗਾ ਇੰਨਾ ਲੰਬਾ ਸਮਾਂ ਜਿਵੇਂ ਬਜ਼ੁਰਗ ਸੀ ਬਜ਼ੁਰਗ ਹੁੰਦਾ ਹੀ ਬਾਜੀ ਜਿੱਤਦਾ ਉਹਦਾ ਰਿਜ਼ਨ ਕੀ ਸੀ ਬਿਨਾ ਪਾਸ ਕੀਤੇ ਕੁੱਤਰ ਉਹ ਕ੍ਰੋਸ ਨਹੀਂ ਦੇ ਉਹ ਤਾਂ ਜਿਹੜਾ ਉੜਦਾ ਉਹੀ ਚੰਗਾ ਜਿਵੇਂ ਅੱਜ ਦੇ ਦੌਰ 'ਚ ਆਪਾਂ ਕਿਸੇ ਨੂੰ ਯਾਰ ਕਰਨੇ ਤੋਂ ਦੇ ਦੇ ਉਹ ਆਪਾਂ ਲੈ ਲੈਂਦੇ ਹਾਂ ਵਿਆਹ ਕੇ ਨਾ ਤਾਂ ਆਪਾਂ ਵਰਤਦੇ ਨਾ ਕਰਦੇ ਸਿੱਧਾ ਉਹ ਮੇਲ ਪਾ ਦਿੰਦੇ ਜੋੜੀ 'ਚ ਪਾ ਦਿੰਦੇ ਉਹ ਬੰਦਿਆਂ 'ਚ ਖੂਬੀ ਨਹੀਂ ਸੀ ਉਹ ਪਹਿਲਾਂ ਵਰਤਦੇ ਸੀ ਛੱਡਦੇ ਸੀ ਕਰਦੇ ਸੀ ਫੇਰ ਮੇਲ ਪਾਉਂਦੇ ਸੀ ਜਿਹੜੇ ਹੁਣ ਗਏ ਸੀ ਆਪਣੇ ਅਲਕਾਣੇ ਕਬੂਤਰ ਅਲਕਾਣੇ ਵਾਲਾ ਕਬੂਤਰ ਗਏ ਚਿੱਟੀਆਂ ਅੱਖਾਂ ਵਾਲਾ ਉਹ ਉਹਨਾਂ ਨੂੰ ਪਤਾ ਸੀ ਵੀ ਇਹ ਕਬੂਤਰ ਨੇ ਉੱਡਣਾ ਹੋਣਾ ਪੁੱਤਰ ਸਿੱਧਾ ਸਾਵਾਂ ਕਰੋ ਬੱਚੇ ਇਹ ਸਾਵਾਂ ਕਰੋ ਸੀ ਫੇਰ ਇਹਨੇ ਆਪਦੇ ਕਬੂਤਰਾਂ 'ਚ ਪਾ ਕੇ ਫੇਰ ਉਹ ਚਾਰ ਦਿਨ ਵਾਲੇ ਜਿਹੜੇ ਚੱਕ ਵਾਲੇ ਕਬੂਤਰ ਵੱਜਦੇ ਸੀਗੇ ਕੱਟੀਆਂ ਅੱਖਾਂ ਵਾਲੇ ਉਹ ਇਹਨਾਂ ਕਬੂਤਰਾਂ ਦੀ ਦੇਣ ਸੀ ਉਹ ਸਾਵਾਂ ਦੇ ਉਹਦਾ ਵੱਡੇ ਪੁੱਤਰ ਦਾ ਮੰਤਰੀ ਦੱਸਦੇ ਹੁੰਦੇ ਸੀਗੇ ਜੋਧਪੁਰ ਦਾ ਪੁੱਤ ਜਾਂਦਾ ਸੀ ਘਰੋਂ ਬਾਈ ਉੱਪਰ ਕਿਤੇ ਮਗਰ ਜਾਂਦੇ ਹੁੰਦੇ ਰਹੇ ਪਰ ਉਹ ਐਵੇਂ ਜਿਹੜਾ ਆਪਸੀ ਜਿਹੜਾ ਗਰੁੱਪ ਪਰਚਵਟ ਸੀ ਘਿਆਟ ਗਰੁੱਪ ਸੀਗਾ ਉਹ ਪੁੱਤਰ ਜਿਹੜਾ ਪੱਠਾ ਜਾ ਉੜਿਆ ਉਹਨਾਂ ਨੂੰ ਪਤਾ ਸੀ ਹਰੇਕ ਮਗਰ ਆਉਂਦੇ ਨਹੀਂ ਇੱਕ ਘਰੇ ਆਉਂਦੇ ਸੀ ਨਾ ਉਹਦਾ ਪਿੰਡ ਗੁਆਂਢ ਦਾ ਪਤਾ ਸੀ ਵੀ ਆਹ ਬੱਚੇ ਘਰੇ ਇੰਨਾ ਉੜਦੇ ਆ ਅੱਧੇ ਬੰਦੇ ਇਹਨਾਂ ਨਾਲ ਖਾਣੀ ਪੁੱਤਰ ਬਾਹਲੇ ਘਰ ਆਉਂਦੇ ਸੀ ਉੱਤੇ ਬੰਦੇ ਇਹਨਾਂ ਨਾਲ ਜੁੜੇ ਸੀ ਉਹ ਐਂ ਦੱਸਦਾ ਸੀ ਆਹ ਬੱਚਾ ਤਾਂ ਬਾਂਦੇ ਦਾ ਹੈਗਾ ਤੇ ਐਂ ਉਹ ਚਿੱਟੀਆਂ ਅੱਖਾਂ ਦਾ ਬੱਚਾ ਉਹ ਇਹਨੇ ਬਾਜੀ ਕੋਈ ਨਹੀਂ ਛੱਡਿਆ ਸੀ ਉਹ ਸਿੱਧਾ ਮੇਲ ਚੱਲ ਸੀਗਾ ਇੱਕ ਤਾਂ ਵੱਡਾ ਗਿਆ ਸੀਗਾ ਹਾਂ ਇੱਕ ਉਦੋਂ ਬਾਅਦ ਛੋਟਾ ਜਾ ਵੜਿਆ ਸੀ ਇੱਕ ਤਾਂ ਬੱਚਾ ਜਾ ਵੜਿਆ ਵੱਡਾ ਤਾਂ ਪਿੰਡੋਂ ਫੜ ਕੇ ਪਿੰਡੋਂ ਫੜ ਕੇ ਦੇ ਦੇ ਮੇਰੇ ਨੇ ਹਾਂ ਮਿੰਦਰ ਨੇ ਦਿੱਤਾ ਸੀ ਹਾਂ ਮਿੰਦਰ ਬੱਚਾ ਕਰੋ ਜਾਂਦਾ ਰਿਹਾ ਉਹਦੀ ਵੀ ਬਰੀਡ ਬਹੁਤ ਉੱਡੀ ਦੋਵਾਂ ਦੀ
ਦੋਵਾਂ ਦੀ ਹੁੰਦੀ। ਗਿੱਲ ਸਾਹਿਬ ਤੁਸੀਂ ਪੁੱਛੋ ਸਰਪੰਚ ਕਹਿੰਦੇ ਵੀ ਹਰ ਕਾ ਮੀਰਾ 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 ਬਾਜ ਵੀ ਹੁਣ ਪਿੱਛੋਂ ਤਾਂ ਮੈਸੇਜ ਵੀ ਕ੍ਰੋਸ ਸਪੀਡ ਦਾ ਉੱਤੇ ਕ੍ਰੋਸ ਸਪੀਡ ਦਾ ਉੱਤੇ ਉਧਰ ਕ੍ਰੋਸ ਦਾ ਕਹਿੰਦਾ ਪਿਓਰ ਹੈ ਪਿਓਰ ਤਾਂ ਉਹਨਾਂ ਕੋਲੇ ਵੀ ਹੈਗੀ ਸੀ ਨਾ ਉਹ ਉਹਨਾਂ ਦਾ ਇਹ ਸੀ ਵੀ ਉਹ ਬਾਜੀਆਂ ਜਿੱਤਦੇ ਸੀ ਮੀਰਾਬ ਦਾ ਨਾਮ ਸੀ ਮੀਰਾਬ ਨੂੰ ਕਬੂਤਰ ਦੇਣ ਵਾਲਾ ਕਬੂਤਰ ਜਦੋਂ ਮੀਰਾਬ ਦੇ ਤੁਸੀਂ ਸ਼ਾਇਦ ਜੈ ਸਾਹਿਬ ਤੁਹਾਨੂੰ ਪਤਾ ਨਾ ਕੁੱਡੇ 'ਚ ਉਹਨਾਂ ਦੇ ਬਿੱਲਾ ਵੜ ਗਿਆ ਸੀ ਬਿੱਲਾ ਵੜ ਗਿਆ ਸਾਰੇ ਕਬੂਤਰ ਮਰ ਗਏ ਇੱਕ ਕਬੂਤਰੀ ਬਚੀ ਸ਼ਾਹ ਕੀ ਲਟੈਨ ਉਹਨਾਂ ਦੇ ਇੱਕ ਲਟੈਨ ਪਈ ਸੀ ਉਹਦੇ 'ਚ ਬੈਠੀ ਸੀ ਉਹ ਬਚ ਗਈ ਬਿੱਲਾ ਦੂਜਾ ਸਾਰਿਆਂ ਨੂੰ ਮਾਰ ਗਿਆ ਤਿੰਨ ਸਾਲ ਮੀਰਾਬ ਬਾਜੀਆਂ ਹਰਦਾ ਰਿਹਾ ਫਿਰ ਮੋਹਨ ਸਿੰਘ ਨੇ ਬਾਜੀ ਛੱਡੀ ਉਸ ਬਾਜੀ 'ਚ ਮੈਂ ਵੀ ਬੈਠਾ ਸੀ ਮੋਹਨ ਸਿੰਘ ਵੀ ਸੀ ਹਰਗੋਬਿੰਦ ਵੀ ਸੀ ਮੀਰਾਬ ਵੀ ਸੀ ਸਰਦੂਰ ਵੀ ਸੀ ਜਨਤਾ ਵੀ ਸਾਰੇ ਬੈਠੇ ਸੀ ਉਹ ਉਹਦੇ ਵਿੱਚ ਕੀ ਹੋਇਆ ਵੀ ਮੋਹਨ ਸਿੰਘ ਨੇ ਪੁੱਛਿਆ ਕਿ ਮੀਰਾਬਾ ਕੀ ਗੱਲ ਹੋ ਗਈ ਅਰਜੁਨ ਦਾ ਉਹਦੇ ਕਬੂਤਰ ਕਬੂਤਰ ਨਹੀਂ ਰਹੇ ਕੋਈ ਤੇ ਮੀਰਾਬ ਨੂੰ ਮੋਹਨ ਸਿੰਘ ਬੋਲਿਆ ਤਾਂ ਜੇ ਫਿਰ ਮੀਰਾਬ ਮੀਰਾਬ ਹੋਣ ਲੱਗਦਾ ਮੰਨ ਜੇ ਉਹਦਾ ਹੀ ਫਿਰ ਤਾਂ ਕਹਿਣਾ ਕੀ ਹੈ ਉਹ ਚੱਲ ਹਰਗੋਬਿੰਦ ਨੂੰ ਭੇਜੀ ਹਰਗੋਬਿੰਦ ਗਿਆ ਅੱਠ ਦਸ ਦਿਨਾਂ ਤੋਂ ਦੇਖਣੀ ਪਰ ਦੋ ਇੱਕ ਸ਼ਾਹ ਖਾਜ ਦਾ ਜੋੜਾ ਦਿੱਤਾ ਘੱਡੇ ਬੰਨੇ ਸਾਧ ਵਾਲਿਆਂ ਚੋਂ ਤੇ ਪੁਰਾਣੇ ਮਿੱਡ ਵਾਲੇ ਸ਼ਾਹ ਖਿਆਂ ਚੋਂ ਇੱਕ ਕਬੂਤਰ ਦਿੱਤਾ ਚਿੱਟੀਆਂ ਖਾਂਦਾ ਇੱਕ ਕਬੂਤਰ ਦਿੱਤੀ ਸ਼ਾਹ ਕੀ ਉਹ ਜੋੜਾ ਬਣਾ ਕੇ ਉੱਤੋਂ ਫਿਰ ਫੇਰ ਲਿਆਏ ਜਿਹੜੇ ਇਹਨਾਂ ਕੋਲ ਆਪਦੇ ਕੋਲੇ ਸੀ ਉਹਨਾਂ 'ਚ ਮਿਸ ਪਾ ਕੇ ਫਿਰ ਇਹਨਾਂ ਦਾ ਦੁਬਾਰੇ ਕੰਮ ਚੱਲ ਪਿਆ ਜਿਹੜੇ ਲੰਡੇ ਹੋ ਗਏ ਤੇ ਸਰਦੂਰ ਵਾਲੇ ਜਾਵੜੇ ਬਾਅਦ ਦੇ ਵਿੱਚ ਇਹ ਫੇਰ ਇਹਨਾਂ ਦਾ ਕੰਪੀਟੀਸ਼ਨ ਗੱਲ ਟੋਕਦਾ ਹੀ ਮੈਂ ਬਲੌਰੀਆ ਨੇ ਬਾਈ ਵਾਲਿਆਂ ਦੇ ਲੱਖਾਂ ਦੀ ਕੀ ਹਿਸਟਰੀ ਹੈ ਕਬੂਤਰੀ ਲੱਕੀ ਇਹਨੇ ਆਪਦੇ ਕਬੂਤਰਾਂ ਨਾਲ ਮਿਲਾ ਕੇ ਤੇ ਬੱਚੇ ਕਢਾਏ ਉਹ ਛੱਡੀ ਸੀ ਇੰਨਾ ਕੁ ਮੈਨੂੰ ਹਿਸਟਰੀ ਦਾ ਪਤਾ ਉਹ ਕਬੂਤਰੀ ਸੁਪਨੇ ਛੱਡਤੀ ਸੁਪਨੇ ਉਹ ਸਾਡੇ ਪਿੰਡ ਵਾਲੇ ਬਲੌਰਾ ਲੈਣੇ ਤੇ ਇੱਕ ਮਹਿੰਕੀ ਦੇ ਬਲੌਰਾ ਤੇ ਇਹਨੇ ਚੱਕ ਲਈ ਚੱਕ ਕੇ ਉਹ ਲੈ ਆਏ ਘਰੇ ਉਹ ਬਾਜੀ ਇਹਨਾਂ ਨੇ ਦੁਬਾਰੇ ਬਾਜੀਆਂ ਵੀ ਛੱਡੀ ਇੱਕ ਦੋ ਬਾਜੀਆਂ ਤੇ ਇਹਨਾਂ ਨੇ ਰੱਖ ਲਈ ਉਦੋਂ ਬਾਅਦ ਕੀ ਹੋਇਆ ਵੀ ਕਬੂਤਰ ਕੋਈ ਆ ਗਿਆ ਇਹਨਾਂ ਕੋਲ ਮੀਰਾ ਵਾ ਪਿਓਰ ਹੀ ਜਾਣੀ ਦੀ ਅੱਗੇ ਪਿੱਛੇ ਉਹਨਾਂ ਨੇ ਉਹਦੇ ਨਾਲ ਮਿਲਾ ਕੇ ਕੱਢੇ ਉਹਨਾਂ ਨਾਲ ਇੱਕ ਇਹਨਾਂ ਦਾ ਕੁੱਡੀਆਂ ਉੱਡਿਆ ਬਹੁਤ ਚੰਗਾ ਇੱਕ ਬਰਡੀ ਕਬੂਤਰੀ ਸੀ ਉਹ ਉੱਡੀ ਇੱਕ ਮੀਰਾ ਵਾਲੀ ਵੀ ਉਹਦੇ ਵਿੱਚ ਕਾਕੇ ਵਾਲੇ ਦੇ ਆ ਗਏ ਸ਼ੇਰਾ ਵਾਲੇ ਆਇਆ ਕਬੂਤਰ ਜਦੋਂ ਪੁਰਾਣਾ ਮੇਰੇ ਕੋਲੇ ਸੀ ਡੋਗੀ ਵਾਲਾ ਕਬੂਤਰ ਨਹੀਂ ਨਹੀਂ ਬਾਅਦ ਚ ਨਹੀਂ ਗਿਆ ਸਾਰਿਆਂ ਨੂੰ ਪਹਿਲਾ ਕਬੂਤਰ ਡੋਗੀ ਵਾਲਾ ਸਾਡੇ ਕੋਲੇ ਆਇਆ ਸਾਡੇ ਕੋਲੇ 8 ਸਾਲ ਰਿਹਾ ਕਬੂਤਰ ਪਹਿਲਾਂ ਮਤਲਬ ਪਹਿਲਾਂ ਮੈਂ ਸਾਰੀ ਹਿਸਟਰੀ ਸੁਣ 8 ਸਾਲ ਰਿਹਾ ਉਹ ਭਾਗ ਥੱਲੇ ਵਾਲੇ ਕਬੂਤਰਾਂ ਦੀ ਉਹ ਮੁੜ ਕੇ ਸ਼ੇਰਾ ਸਾਹਿਬ ਤੋਂ ਵਾਪਸ ਲੈ ਗਿਆ ਸ਼ੇਰੇ ਨੇ ਸਾਨੂੰ ਦਵਾਇਆ ਸ਼ੇਰਾ ਜਦੋਂ ਵਾਪਸ ਲੈ ਗਿਆ ਉਦੋਂ ਬਾਅਦ ਬਲੌਰੇ ਕੋਲੇ ਆਉਂਦਾ ਟਮਾਣੇ ਕੋਲੇ ਗਿਆ ਮੁੰਡੇ ਕਿਹਦੇ ਕੋਲ ਗਿਆ ਮੈਂ ਤੁਹਾਨੂੰ ਦੱਸਦਾ ਸ਼ੇਰਾ ਆਇਆ ਸਾਡੇ ਕੋਲ ਚੌਂਕ ਜਿੱਥੇ ਟਮਾਣਾ ਮੇਰੇ ਕੋਲੇ ਸੀ ਸ਼ੇਰਾ ਕਬੂਤਰ ਲਿਆ ਹਾਂਜੀ ਸ਼ੇਰੇ ਨੂੰ ਵਾਪਸ ਕਰਤਾ ਸੀ ਹਾਂ ਸ਼ੇਰਾ ਕਹਿੰਦਾ ਲੈ ਪੁੱਤਰੋ ਤੁਹਾਡੇ ਕੋਲੇ ਆਉਣਾ ਇੱਜ਼ਤ ਕਰਦੇ ਹਾਂ ਰਹੂ ਤੁਹਾਡੇ ਕੋਲੇ ਮਹੀਨਾ ਦੋ ਮਹੀਨੇ ਇਹ ਨਹੀਂ ਮੈਂ ਪੱਕਾ ਨਹੀਂ ਦਿੰਦਾ ਜੇ ਹੋ ਸਕਦਾ ਮੇਰੀ ਮੂਡ ਆ ਮੈਂ ਸਾਰ ਰੱਖ ਲਾ ਤੇ ਆਹ ਇੱਕ ਗਿਫਟ ਹੈ ਉਹ ਅਸੀਂ ਦੋ ਬੱਚੇ ਕਢਾਏ ਉਦੋਂ ਬਾਅਦ ਸ਼ੇਰਾ ਆਇਆ ਪਤਾ ਨੀ ਜਗੀਰ ਕੇ ਕੋਲੇ ਗਿਆ ਕਿ ਤੁਹਾਡੇ ਕੋਲੇ ਗਿਆ ਉਦੋਂ ਬਾਅਦ ਨੀ ਮੈਨੂੰ ਪਤਾ ਜਗੀਰ ਕੇ ਕੋਲੇ ਗਿਆ ਉੱਥੇ ਘੱਗੇ ਜਾ ਘੱਗੇ ਜਾ ਉਹਨੇ ਘੱਗਿਆਂ ਤੋਂ ਬਾਅਦ ਪਤਾ ਇੱਕ ਮਿੰਟ ਉਹਦਾ ਬੱਚਾ
ਸਮਾਨ ਨੇ ਚੱਕਿਆ ਤੇ ਉਹ ਮੈਕੀ ਨੂੰ ਦਿੱਤਾ ਉਹਦੇ ਨਾਲ ਵੀ ਬਾਅਦ ਚ ਉਹਦੇ ਵੀ ਮੁੰਡੇ ਬਲੌਰੇ ਨਾਲ ਕੋਈ ਬੰਦਾ ਟੈਕ ਇਕੱਠੇ ਸਿੱਖੇ ਉਹਦੀ ਮਾਂ ਜੈਂਟੇ ਵਾਲੀ ਕਾਰ ਸਰੀ ਸੀ ਦੋਗੀ ਵਾਲੇ ਦਾ ਪੁੱਤ ਜਿਹੜਾ ਇਹਨਾਂ ਨੂੰ ਦਿੱਤਾ ਆਪਾਂ ਕਹਿੰਦੇ ਖੜਦੇ ਨੀ ਫਿਰ ਉਹਦੇ ਬਾਲ ਹੁੰਦੇ ਹੋਰ ਪੁੱਛੋ ਜਾਣੀ ਕੀ ਗੱਲ ਚੱਲਾਂਗੇ ਸਟਾਰਟ ਕਰ ਦਿੰਦਾ